बाकी कोई दरबार वाले हैं कोई बहुत सही नाथ रहेंगे कि इन्ना जरा सुराग है इस बारे में दरबार में सुराग जरा है माई साहबान जरा साल आया तो उसके बाद मजार बनाया ने उस वेल कबर फटी ही सी इतने फिर दोबारा फिर बनाया ने फिर फटी ही है फिर तीसरी मरतबा माई साहबान जो खलीफा सन हाँ जी माई यूट्यूब फैमिली इस टाइम असा मौजूद हाँ जी दरबार आलिया माई तोती सरकार सहने च मौजूद हाँ बाकी तो किसी ने कि बह ये दरबार है इधर माई तोती सरकार आनी और नाल ही जामिया मस्जिद है बैक साइड पर लंगर खाने जी जी आबे शफा ठीक है नहीं कोई तकलीफ है बंदा तो उसने पर मतलब ना बंदा सच्चे इरादे ना इसकी के पीने दे या इस्तेमाल करने दे अल्लाह ताला दे करने वाला अल्लाह ताला शुक्र ठीक है उमना लेना पानी जी तक जाओ तक किसी ने के पानी उम भी लिया माशाल्लाह जी बाकी तक इसने कोई तराजू जी बिस्मिल्लाहिर्रहमानिर्रहीम लंगर माशाल्लाह जी आज बचपन ही याद आता है भाई साहब क्या हाल है सेहत कैसी है जी जनाब क्या हाल है खरे रहे क्या क्या सॉन्ग लभी इस टाइम ये चाचा आपू बनाने माशाल्लाह जी चूल्हा वगैरह पिछा रखे ने तकी सामने जी वाह जी वाह मठाई ये केड़ी मठाई है जी ये जी अंडा मठाई दुनिया मुसाफर खाना है जो भी आया उसने जाना है मट्टी थले ही सब दा ठिकाना है हाँ जी बिस्मिल्लाहिर्रहमानिर्रहीम अस्सलाम वालेकुम मायूरी फैमिली उम्मीद करता कि सारे भैन भ्रा ठीक ठाक सोलह तला सो इमान सो जैसे मैं सी दसिया अपना खुराटा बाजार काफ़ी सोहना बाजार से माशाल्लाह रौनक लगी बिजी बाजार है हूँ अस नैक्सट वीडियो बना सजे माई तोती सरकार दरबार माई तोती सरकार दरबार जुले हाँ तो फस्ट टाइम जुले हाँ बाकी सी नीचे रोड जानी है ये खरटे बाजार दिखनी है तो बाकी ये रोड जानी है माई तोती सरकार दरबार जानी है बाकी जुले अस माई तोती सरकार दरबार अबे फरमाइश करती है तो बाकी वीडियो की इंजॉय करो तो पसंद तो लाइक करना कमेंट करना चैनल मेरे जरूर सब्सक्राइब करो सब जरूर करो ताकि नवी वीडियो लभ रहा है बाकी जिले माई तोती सरकार दरबार क्या बात है जी अज मैनू यारो मेरा पिंड याद आ गया बाकी तो चादर वगैरह लगी हैं जी अहें तुसें की जरा दरबार है जरा नीचे बाजार है जिसमें कि मिठाइयां कपड़े आई थिंक और जुतियां वगैरह तो पूरे समोसे
ਨਾਲ ਚਾਦਰਾਂ ਨਹੀਂ ਹੋਣੀਆਂ ਬਾਣੇ ਲੀਆਂ ਉਹ ਅਸੀਂ ਦੱਸਣੇ ਹਾਂ ਜਿਹਨਾਂ ਕਲਮੇ ਵਗੈਰਾ ਲਿਖੇ ਨੇ ਅਤੇ ਇਹ ਅਸੀਂ ਬਾਜ਼ਾਰ ਦੱਸਣੇ ਹਾਂ ਕਿਆ ਕੋਈ ਲੱਭੀ ਸਕਦਾ ਹੋਰ ਇੱਥੋਂ ਸ਼ੁਰੂ ਹੋ ਜਾਣਾ ਜੀ ਬਾਜ਼ਾਰ ਮਾਸ਼ਾਲਾ ਜੀ ਤਾਂ ਕਿਸੇ ਨੇ ਅੱਗੇ ਮੱਪ ਵਗੈਰਾ ਬਰਤਨ ਔਰ ਖਿਲੌਣੇ ਵਗੈਰਾ ਵਾਹ ਜੀ ਵਾਹ ਕਿਆ ਬਾਤ ਹੈ ਜੀ ਇੱਕ ਛੋਟਾ ਜਿਹਾ ਬਾਜ਼ਾਰ ਹੈ ਬਾਕੀ ਬੈਠ ਛੱਡ ਪਏ ਜੀ ਹੈ ਚੈੱਕ ਕਰੋ ਜੀ ਮਾਸ਼ਾਅੱਲਾ ਜੀ ਕਿਆ ਬਾਤ ਹੈ ਜੀ ਬਾਕੀ ਤਾਂ ਕਿਸੇ ਨੇ ਕਿਹਾ ਚਾਦਰਾਂ ਕਵਰਾਂ ਬਾਹਰ ਨਹੀਂ ਲਈਆਂ ਬਾਕੀ ਸਲੂਣੀਆਂ ਮਟਰ ਪਕੌੜੇ ਸਮੋਸੇ ਮਿੱਠੇ ਜੀ ਹਾਂ ਜੀ ਭਰਾ ਮਾੜਾ ਕਿਆ ਹਾਲ ਹੈ ਸਿਹਤ ਕੈਸੀ ਹੈ ਚਾਦਰ ਨਾਲ ਕਿਆ ਰੇਟ ਹੈ ਅੱਜ ਕੱਲ੍ਹ ਵਾਹ ਜੀ ਵਾਹ ਬਾਕੀ ਸਲੂਣੀਆਂ ਮਟਰ ਨਮਕ ਪਾੜੇ ਜਲੇਬੀ ਸੂਈ ਤੇਲ ਕਸਣਾ ਜੀ ਸੜੇ ਆਉਣਾ ਕਿਸ ਤਰ੍ਹਾਂ ਬੋਤਲ ਆਈ ਸਾਹਿਬ ਕਿਆ ਹਾਲ ਹੈ ਸਿਹਤ ਕੈਸੀ ਹੈ ਜੀ ਜਨਾਬ ਕਿਆ ਹਾਲ ਹੈ ਹਰੇ ਦਾ ਕਿਆ ਕਿਆ ਸੌਂਗ ਲੱਭੀ ਅਸੀਂ ਇਸ ਟਾਈਮ ਇਹ ਚਾਚਾ ਆਪੂ ਬਣਾਉਣੇ ਹੋ ਮਾਸ਼ਾ ਜੀ ਚੁੱਲ੍ਹਾ ਵਗੈਰਾ ਪਿੱਛਾ ਰੱਖਿਆ ਨਾ ਜੀ ਤੱਕੀ ਸਾਨੂੰ ਜੀ ਵਾਹ ਜੀ ਵਾਹ ਮਠਿਆਈ ਇਹ ਕਿਹੜੀ ਮਠਿਆਈ ਹੈ ਜੀ ਇਹ ਜੀ ਅੰਡਾ ਮਠਿਆਈ ਅੱਛਾ ਅੱਛਾ ਦੁੱਧ ਬਣਨੀ ਹਾਲਸ ਠੀਕ ਹੋ ਗਏ ਸ਼ੱਕਰ ਪਾਰੇ ਮਠਿਆਈ ਬਰਫੀ ਸ਼ਰਫੀ ਕਿਆ ਬਾਤ ਹੈ ਜੀ ਇਹ ਪੀਲੇ ਜਿਹੜੇ ਇਹ ਕਹਿਵਾ ਇਹ ਸੂਜੀ ਨੀ ਆਵਾਮ ਜਦੋਂ ਇੱਥੇ ਕਿਆ ਪਸੰਦ ਕਰਨੀ ਅੰਡਿਆ ਨੀ ਵਾਹ ਜੀ ਵਾਹ ਦੇਖੋ ਜੀ ਚਾਚੇ ਰਾਣੀ ਦੁਕਾਨ ਚੱਕਰ ਜੀ ਮਾਸ਼ਾਅੱਲਾ ਜੀ ਵਾਹ ਜੀ ਵਾਹ ਦੁਕਾਨ ਹੈ ਜੀ ਚਾਚੇ ਰਾਣੀ ਮਠਿਆਈ ਬਹੁਤ ਸ਼ੁਕਰੀਆ ਜੀ ਬਾਕੀ ਤਾਂ ਜੁੱਤੀਆਂ ਵਗੈਰਾ ਭਾਂਡੇ ਛਾਂਡੇ ਥੱਲੇ ਵੀ ਜਿਹੜੇ ਬਰਤਨ ਵਗੈਰਾ ਨੀਚੇ ਬੇਸ਼ਮਾਰ ਦੁਕਾਨ ਤਾਂ ਕਿਸੇ ਨੇ ਅੱਗੇ ਚਾਦਰਾਂ ਵਗੈਰਾ ਥੱਲੇ ਲੱਭੀ ਐਵਰੀਥਿੰਗ ਲੱਭੀ ਅਸੀਂ ਇੱਕ ਵਾਰੀ ਸਾਂ ਕਿ ਪੂਰਾ ਬਾਜ਼ਾਰ ਦੱਸਣੇ ਜੀ ਇੱਥੋਂ ਦੁਕਾਨਾਂ ਸ਼ੁਰੂ ਹੋਣੀਆਂ ਬਾਕੀ ਤਾਂ ਕਿਸੇ ਇੱਧਰ ਅੱਗੇ ਗ੍ਰਾਂ ਆਈ ਜਾਣਾ ਅਤੇ ਹੋਰ ਦੁਕਾਨਾਂ ਵਗੈਰਾ ਇੱਧਰ ਹੋ ਗਿਆ ਮੈਂ ਰੋਡ ਲਿੰਕ ਲੱਗੀ ਜਾਣੀ ਹੈ ਔਰ ਇਹ ਉੱਪਰ ਦੁਕਾਨਾਂ ਵਗੈਰਾ ਬਾਕੀ ਉੱਪਰ ਰੋਡ ਦਰਬਾਰ ਜਾਣੀ ਬਾਕੀ ਇਹ ਨੀਚੇ ਗੱਡੀਆਂ ਦੀ ਪਾਰਕਿੰਗ ਹੈ ਜੀ ਔਰ ਇਹ ਉੱਪਰ ਕੋਈ ਗ੍ਰਾਂ ਲੱਗੀ ਨਹੀਂ ਰੋਡ ਬਾਕੀ ਇੱਧਰ ਕੋਈ ਜਾਮਿਆ ਮਸ਼ੀਨ ਤਿਆਰ ਹੋਣੀ ਪਈ ਹੈ ਨੀਚੇ ਸ਼ੈਨ ਵਗੈਰਾ ਤਾਂ ਕਿਸੇ ਨੂੰ ਕਿਸਲ ਲਏ ਔਰ ਇਹ ਉੱਪਰ ਬਰਾਂਡੇ ਵਗੈਰਾ ਬਣਨੇ ਪਏ ਬਹੁਤ ਸ਼ੁਕਰੀਆ ਜਜ਼ਾਕਅੱਲਾ ਜੀ ਨਾਜ਼ਰੀਨ ਇਸ ਟਾਈਮ ਅਸਾਂ ਦਰਬਾਰ ਹੈ ਸੈਨੇ 'ਚ ਬੈਠੇ ਹੋਏ ਹਾਂ ਮਾਈ ਤੋਤੀ ਸਰਕਾਰ ਦਰਬਾਰ ਹੈ ਬਾਕੀ ਇੱਥੇ ਭਾਈ ਹੋਰ ਬੈਠੇ ਅਸਲਾਮ ਵਾਲੇਕੁਮ ਜਨਾਬ ਕੀ ਹਾਲ ਹੈ ਮਰੀਜ਼ ਆ ਔਰ ਬੜੇ ਅਰਸੇ ਤੋਂ ਤਲਕ ਹੈ ਤੇ ਇਹ ਜਿਹੜੀ ਸਾਹਮਣੇ ਮਤਲਬ ਪੋਸਟ ਹੈ ਔਰ ਇਧਰੋਂ ਫਾਇਰਿੰਗ ਹੋਣੀ ਸੀ ਬਹੁਤ ਅਰਸਾ ਪਹਿਲਾਂ ਮਤਲਬ ਇੱਥੇ ਜਿਹੜਾ ਵੀ ਗੋਲਾ ਪਿਆ ਉਹ ਕਦੇ ਫਟਾ ਨਹੀਂ ਜੀ ਇਹ ਪਹਿਲੇ ਜਿਹੜਾ ਸਾਬਕਾ ਜਿਸ ਤਰ੍ਹਾਂ ਅਸਾਂ ਸੁਣਨੇ ਆਏ ਉਹ ਇਹ ਚੀਜ਼ਾਂ ਨਹੀਂ ਸੀ ਫਿਰ ਜਿਹੜਾ ਬਜ਼ੁਰਗ ਦੇ ਮਤਲਬ ਮਤਲਬ ਅੱਲਾਹ ਕੇ ਪਿਆਰੇ ਹੋਏ ਤੇ ਜਿਹੜਾ ਇੱਥੇ ਆਪਣਾ ਆਪਣਾ ਮੁਕਾਮ ਦੱਸਿਆ ਸੀ ਕਿਵੇਂ ਦਫਨਾਉਣਾ ਹੈ ਤਾਂ ਦਫਨਾਉਣੇ ਨੂੰ ਟਾਈਮ ਪਰ ਜਿਸ ਤਰ੍ਹਾਂ ਉਹ ਕਬਰ ਨੇ ਵੀ ਬੰਦ ਕਰਨੇ ਸੀ ਤਾਂ ਕਬਰ ਫਟੀ ਜਾਣੀ ਸੀ ਮੈਂ ਜਿਸ ਤਰ੍ਹਾਂ ਸੁਣਿਆ ਉਸਨੇ ਵੀ ਫਿਰ ਮਤਲਬ ਵੇਈ ਅਜ਼ਬ ਹੈ ਜਾਂ ਜਿਸ ਬੰਦੇ ਕੋਲ ਬੜੇ ਮਤਲਬ ਜਿਹੜੇ ਉਸਦਾ ਲੋਕ ਮਤਲਬ ਅੱਛੇ ਇਮਾਨ ਵਾਲੇ ਸੀ ਉਹ ਇਹ ਗੱਲ ਆਉਣੀ ਸੀ ਕਿ ਮਤਲਬ ਇਹਨਾਂ ਨੇ ਕਬਰੀ ਸਰਾਖ ਰੱਖਿਆ ਜੀ ਸਰਾਖ ਮਤਲਬ ਰੱਖਿਆ ਹੋਇਆ ਇਸ ਦਾ ਮਤਲਬ ਮੌਜੂਦ ਹੈ ਉਹ ਅੰਦਰ ਮਤਲਬ ਮੁਸਤਲਾਤ ਬੈਠੇ ਹੋ ਉਸ ਦਾ ਮੈਂ ਸੋਚੀ ਉਹ ਚੈੱਕ ਪਾਸ ਹਾਂ ਉਸਨੇ ਵਿੱਚੋਂ ਮਾਸ਼ਾਅੱਲਾ
ਕੋਈ ਅੱਲਾਹ ਦੀ ਤਰਫੋਂ ਹੈ ਕਿ ਮਾਈ ਸਾਹਿਬ ਨੇ ਜਿਹੜਾ ਨਾ ਉਹ ਇੱਕ ਜਿਹੜਾ ਬੰਦਾ ਦੀਦਾਰ ਕਰਨਾ ਜਾਂ ਸੱਚੇ ਦਿਲ ਨਾਲ ਮਤਲਬ ਪੈਣਾ ਤਾਂ ਮੈਨੂੰ ਬਹੁਤ ਬੜੀ ਖੁਸ਼ਬੂ ਹੋਇਆ ਆਮੀ ਅੱਛਾ ਅੱਜੀ ਹਾਂ ਤਾਂ ਉਹ ਇਨਸ਼ਾ ਅੱਲਾਹ ਸਤਕ ਸੋ ਮਤਲਬ ਹੈ ਇੱਥੇ ਚੜਾਵਾ ਵੀ ਬਹੁਤ ਜ਼ਿਆਦਾ ਉਹਨਾਂ ਦਾ ਲੈ ਗਿਆ ਅਸ ਬਾਤਾ ਵੈਸੇ ਜਿਹੜਾ ਨਾ ਬਹੁਤ ਸਾਰੀਆਂ ਲੋਕ ਮੰਨਤਾ ਮੰਨੇ ਔਲਾਦ ਵਾਸਤੇ ਵੀ ਜਾਂ ਕਿਸੇ ਮੁਸ਼ਕਿਲ ਪਰੇਸ਼ਾਨੀ ਵਾਸਤੇ ਵੀ ਜਿਹੜੀ ਚੀਜ਼ ਮਤਲਬ ਮੰਨੀ ਜਾਣੀ ਉਹ ਅੱਲਾਹ ਤਾਲਾ ਮਤਲਬ ਕਬੂਲ ਕਰਨੇ ਤਾਂ ਅਸਾਂ ਵੀ ਸਹਾਰਾ ਦੇ ਵਾਸਤੇ ਆਏ ਤਾਂ ਤੁਸੀਂ ਦੁਆ ਕਰੋ ਦੱਸ ਦੁਆ ਕਰ ਠੀਕ ਹੈ ਜਿਹੜਾ ਇਹਨਾਂ ਨਾਲ ਪਟਕਾ ਸੀ ਕਿਹੜੀ ਜਗ੍ਹਾ ਸੁਆਇਆ ਜੀ ਮੈਂ ਨਾ ਪੂਰਾ ਦੱਸ ਸਕਣਾ ਕਿ ਮੈਂ ਇਸ ਤਰ੍ਹਾਂ ਗਲਤ ਕਹਿ ਨਹੀਂ ਠੀਕ ਹੈ ਉਹ ਮੈਂ ਉਹਨਾਂ ਕੋਲ ਪੁੱਛੀ ਜਿਹੜੇ ਮਤਲਬ ਕਾਮੀ ਲੋਕ ਉਹਨਾਂ ਕੋਲ ਦੱਸ ਸਹੀ ਹੈ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਅੱਛਾ ਇਹਨਾਂ ਕਿਆ ਪੈਗਾਮ ਦਿੱਤਾ ਸੀ ਇਹਨਾਂ ਇਹ ਦਿੱਤਾ ਸਾਨੂੰ ਕਿ ਮਤਲਬ ਇਹਨਾਂ ਮਾਈ ਸਾਹਿਬ ਗੱਲ ਆਣੀ ਕਿ ਮਤਲਬ ਇਹਨਾਂ ਮੇਰੀ ਦੁਨੀਆ ਨੂੰ ਮਤਲਬ ਇਹਨਾਂ ਮਾੜੀ ਦੁਨੀਆ ਨਹੀਂ ਆਵਾ ਬੰਦ ਨਾ ਕਰੋ ਬੰਦ ਨਾ ਕਰੋ ਤੇ ਫਿਰ ਇਨਸ਼ਾਅੱਲਾ ਮਤਲਬ ਇਹਨਾਂ ਕੋ ਪਛਾਣੀ ਨਹੀਂ ਆਉਣੀ ਯਾਨੀ ਕਿ ਕਬਰ ਨਹੀਂ ਪੱਟ ਲੈ ਅੱਛਾ ਅੱਛਾ ਜਦੋਂ ਇਹ ਵਲਾਦ ਉਹ ਸਰਾਜ ਛੋੜਿਆ ਗਿਆ ਤਾਂ ਫਿਰ ਅੱਲਾਹ ਨਾਲ ਬਹੁਤ ਕਰਮ ਹੋਇਆ ਕਿ ਮੈਂ ਨਾ ਕਿ ਮਾਸ਼ਰਾ ਕਾਫੀ ਨੇਕ ਬੰਦੇ ਸੀ ਵਾਹ ਜੀ ਵਾਹ ਕੀ ਬਾਤ ਹੈ ਜੀ ਨਜ਼ਰੀਨ ਸਾਰੇ ਨਾਲ ਕਾੜੀ ਸਾਹਿਬ ਮੌਜੂਦ ਨੇ ਇਹਨਾਂ ਕੋ ਨਾ ਪੁੱਛਣੇ ਆ ਬਾਕੀ ਐਸੇ ਕਿ ਗਾਈਡ ਕਰ ਸਨ ਅਸਲਾਮ ਵਾਲੇਕੁਮ ਕਾੜੀ ਜੀ ਕੀ ਹਾਲ ਹੈ ਸਲਾਮ ਹੈ ਸਿਹਤ ਕੈਸੀ ਹੈ ਜੀ ਅੱਲਾਹ ਦਾ ਸ਼ੁਕਰ ਇਹ ਸੀ ਬਲੇ ਸੀ ਚਲੋ ਕੋਈ ਹੈ ਤੇ ਬਾਕੀ ਆਪਣਾ ਨਾਮ ਸਭ ਅਸੀ ਦੇ ਲੋ ਕਿੰਨੀ ਵਾਰ ਸਨੇ ਕਾਰਨ ਮੈਂ ਤਾਂ ਚੜੋਈ ਚੜੋਈ ਕਿੰਨਾ ਟਾਈਮ ਹੈ ਗਿਆ ਚਾਹੀਦਾ ਹੈ ਨਹੀਂ ਤਾਂ 7 ਸਾਲ ਹੋ ਗਏ ਬਾਕੀ ਕੋਈ ਦਰਬਾਰ ਵਾਲੇ ਆ ਮੈਂ ਬਹੁਤ ਅਸੀਂ ਨਾ ਰਹਿਣਗੇ ਕਿ ਇਹਨਾਂ ਜਿਹੜਾ ਸਰਾਹ ਹੈ ਇਸ ਵਾਲੇ ਆ ਦਰਬਾਰ ਨਾਲ ਸਰਾਹ ਜਿਹੜਾ ਹੈ ਮਾਈ ਸਾਹਿਬਾਨ ਨੇ ਜਿਹੜਾ ਵਿਸਾਲ ਹੋਇਆ ਤਾਂ ਉਸ ਤੋਂ ਬਾਅਦ ਬਾਜ਼ਾਰ ਬਣਾਇਆ ਨੇ ਉਸ ਵੇਲੇ ਕਬਰ ਫੱਟੀ ਸੀ ਇੱਥੇ ਠੀਕ ਫਿਰ ਦੁਬਾਰਾ ਫਿਰ ਬਣਾਇਆ ਨੇ ਫਿਰ ਫੱਟੀ ਹੈ ਫਿਰ ਤੀਸਰੀ ਮਰਤਬਾ ਮਾਈ ਸਾਹਿਬ ਵਾਲੇ ਜਿਹੜੇ ਖਲੀਫਾ ਸਨ ਸਹੀ ਹਸਨ ਜੀ ਨੇ ਨਾਲ ਹੀ ਬਾਜ਼ਾਰ ਉਹਨਾਂ ਦਾ ਬਾਹਰ ਠੀਕ ਹੈ ਉਹਨਾਂ ਦੀ ਖਾਬ ਵੀ ਚਾਹੀਦੀ ਕਿ ਮਾੜੀ ਦੁਨੀਆ ਦੀ ਆਵਾਜ਼ ਨਾ ਬੰਦ ਕਰੋ ਅੱਛਾ ਫਿਰ ਦੁਬਾਰਾ ਕਬਰ ਫੌਜੀ ਨੇ ਅਤੇ ਜਿਸ ਪੇਟੀ ਨੇ ਅੰਦਰ ਬੰਦ ਕੀਤੇ ਉਸਨੇ ਇਸ ਸੁਰਾਖ ਨੇ ਬਰਾਬਰ ਉੱਥੇ ਕੋਈ ਕੁਦਰਤੀ ਤੌਰ 'ਤੇ ਸੁਰਾਖ ਹੋਇਆ ਸੀ ਫਿਰ ਦੁਬਾਰਾ ਇਹ ਬਾਹਰ ਵੀ ਸੁਰਾਖ ਰੱਖਿਆ ਨੇ ਉਸਦੇ ਲਿਆ ਕੇ ਬਾਕੀ ਜਿਹੜਾ ਮਾਈ ਹੱਥ ਹੈ ਇਹਨਾਂ ਨੇ ਜਿਹੜੀ ਪੈਕਟ ਉਹ ਕਿਹੜੀ ਜਗ੍ਹਾ ਹੈ ਮਾਈ ਸਾਹਿਬਾ ਬਸ ਇੱਥੇ ਹੀ ਰਹੇ ਨੇ ਇਸ ਏਰੀਏ 'ਚ ਬੈਠੇ ਕੋਈ ਇਸ ਤਰ੍ਹਾਂ ਨੇ ਹੋਰ ਨਹੀਂ ਬਣਤੀ ਸੀ ਸਾਰੀ ਏਰੀਆ ਸਹੀ ਜੰਮੂ ਨੇ ਮਾਈ ਸਾਹਿਬਾ ਨੇ ਭੈਣ ਭਰਾ ਕੋਈ ਨਹੀਂ ਚਲੋ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਅਤੇ ਲੰਗਰ ਨਾਲ ਕਿਆ ਕੋਈ ਨਿਜ਼ਾਮ ਥਾਣਾ ਲੰਗਰ ਦਿਨੇ ਕੀ ਹੋਣਾ 12 ਵਜੇ ਸੀ 2 ਵਜੇ ਤੱਕ ਵੈਸੇ ਤਾਂ ਤਕਰੀਬਨ ਪੂਰਾ ਦਿਨ ਹੀ ਥੋੜ੍ਹਾ ਬਹੁਤਾ ਚੱਲਣਾ ਰਹਿਣਾ ਠੀਕ ਹੈ ਤਾਂ ਜਿਹੜੀ ਟਾਈਮਿੰਗ ਹੈ ਉਹ ਜ਼ਿਆਦਾ ਤਾਂ ਰਸ਼ ਕਿਹੜਾ ਨਾ ਜਮਰਾਤ ਨਾ ਜਾਏ ਜਮਰਾਤ ਦੇ ਦੁਆਰ ਦੇ ਦੇ ਠੀਕ ਹੋ ਗਿਆ ਬਸ ਠੀਕ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਸਾਹਿਬ ਬਾਕੀ ਜਿਹੜਾ ਇੱਧਰ ਇਹ ਚਸ਼ਮੇ ਪਾਣੀ ਵਾਲਾ ਇਹ ਤੁਸੀਂ ਚੱਕ ਰਹੇ ਆ ਇਹ ਨੀਚੇ ਲੰਗਰ ਖਾਣੇ ਨਾ ਤਾਂ ਕਿਸੇ ਨੇ ਕਿ ਜੀ ਜੀ ਆਬੇ ਸ਼ਫਾ ਠੀਕ ਨਹੀਂ ਨਹੀਂ ਕੋਈ ਤਕਲੀਫ ਹੈ ਬੰਦਾ ਤਾਂ ਉਸ ਨੰਬਰ ਮਤਲਬ ਇਹਨਾਂ ਬੰਦਾ ਸੱਚੇ ਇਰਾਦੇ ਨਾਲ ਇਸ ਕੀ ਕਿ ਪੀਣੇ ਦੇ ਜਾਂ ਇਸਤੇਮਾਲ ਕਰਨੇ ਦਾ ਅੱਲਾਹ ਤਾਲਾ ਦੇ ਕਰਨੇ ਨੂੰ ਅੱਲਾਹ ਤਾਲਾ ਸ਼ੁਕਰ ਠੀਕ ਇਹ ਉਮਨਾ ਲੈਣਾ ਪਾਣੀ ਜੀ ਆ ਤੱਕ ਜਾ ਤੱਕ ਇਸ ਨਾ ਕਿ ਪਾਣੀ ਉਮ ਵੀ ਰਿਹਾ ਮਾਸ਼ਾਅੱਲਾ ਜੀ ਕੀ ਬਾਤ ਹੈ ਨੈਚੁਰਲ ਵਾਟਰ ਕੁਦਰਤੀ ਵਾਟਰ ਮਾਸ਼ਾਅੱਲਾ ਜੀ ਕੀ ਬਾਤ ਹੈ ਬਾਕੀ ਪੀਣੇ ਬਿਸਮਿਲਲਾ ਕਰਦੇ ਆ ਆ ਠੀਕ ਹੈ ਬਾਕੀ ਦੇ ਦੀਏ ਸ਼ੇ ਜਲਾਈ ਜਾਣੇ ਜੀ ਮੰਗਤਾਂ ਜਿਹੜੀਆਂ ਮੰਗੀ ਜਾਣੀਆਂ ਸਹੀ ਹੈ ਬਾਕੀ ਆ ਪਾਣੀ ਤੱਕ ਜਿਹੜੇ ਬੱਚੇ ਪੀ ਰਹੇ ਮਾਸ਼ਾਅੱਲਾ ਜੀ ਕਿਆ ਬਾਤ ਹੈ ਸਕੂਲ ਉਮਰ ਸੇ ਛੁੱਟੀ ਹੋਈ ਹੈ ਮਾਸ਼ਾਅੱਲਾ ਜੀ ਤਾਜ਼ਾ ਪਾਣੀ ਹੈ ਕਾਫੀ ਅੱਛਾ ਟੇਸਟ ਹੈ ਮਾਸ਼ਾਅੱਲਾ ਬਾਕੀ ਤਾਂ ਕਿਸੇ ਨੇ ਕੋਈ ਤਰਾਜ਼ੂ ਜੀ ਪੁਰਾਣੇ ਜ਼ਮਾਨੇ ਨੇ
ਮਾਸ਼ਾ ਬਾਕੀ ਦੇ ਕੋਈ ਸਮਾਨ ਵਗੈਰਾ ਸੋਰੀ ਬੱਟੇ ਛੱਟੇ ਰੱਖੇ ਹੋਣੇ ਜਿਹੜਾ ਸਮਾਨ ਤੋਲੇ ਜਾਂ ਬਕਰਾ ਵਗੈਰਾ ਤੋਲੇ ਬਾਕੀ ਉੱਧਰ ਬੰਗਾਂ ਹੀ ਲੱਗੀਆਂ ਜੀ ਬੰਗਾਂ ਹੀ ਲਾਈ ਲਵਾਈ ਸਕਦੇ ਹਾਂ ਆਪਣੇ ਥਾਂ ਕਿ ਵਾਹ ਜੀ ਵਾਹ ਕਿਆ ਬਾਤ ਹੈ ਹਾਲਾਂ ਨਾਲ ਬੰਗਾਂ ਵੀ ਰੱਖੀਆਂ ਹਾਂਜੀ ਮਾਈ ਯੂਟਿਊਬ ਫੈਮਿਲੀ ਇਸ ਟਾਈਮ ਅਸਾਂ ਮੌਜੂਦ ਹਾਂ ਜੀ ਦਰਬਾਰ ਆਲੀਆ ਮਾਈ ਧੋਤੀ ਸਰਕਾਰ ਸਹਿਣੇ 'ਚ ਮੌਜੂਦ ਹਾਂ ਬਾਕੀ ਤਾਂ ਕਿਸੇ ਨੇ ਕਿ ਬਹਿ ਇਹ ਦਰਬਾਰ ਇੱਧਰ ਮਾਈ ਧੋਤੀ ਸਰਕਾਰ ਆਉਣੀ ਔਰ ਨਾਲ ਹੀ ਜਾਮਿਆ ਮਸਜਿਦ ਹੈ ਬੈਕ ਸਾਈਡ ਪਰ ਲੰਗਰ ਖਾਨੇ ਮਾਸ਼ਾਲਾ ਕਾਫੀ ਸਿਰਫ ਵੀ ਠੰਡੀ ਠੰਡੀ ਹਵਾ ਚੱਲੀ ਹੈ ਜੀ ਕਿਆ ਬਾਤ ਹੈ ਬਾਕੀ ਇੱਥੇ ਬੰਗਾਂ ਸ਼ੰਗਾਂ ਲੱਗੀਆਂ ਅਸੀਂ ਬੰਗਾਂ ਦੱਸਣੀਆਂ ਜੀ ਚੁਰਾਣੇ ਬੰਗਾਂ ਹੈ ਚੱਕਰ ਜੀ ਬੰਗਾਂ ਮਾਸ਼ਾਲਾ ਜੀ ਕਿਆ ਬਾਤ ਹੈ ਜੀ ਰੰਗ ਬਿਰੰਗੀ ਬੰਗਾਂ ਜੀ ਇਹ ਹਾਲਾਂ ਕੈਸੀਆਂ ਕੱਚਿਆਂ ਨੀ ਲੋਏ ਨੇ ਨਾ ਕੱਚਿਆਂ ਨੀ ਕਿਸ ਤਰ੍ਹਾਂ ਕੋਈ ਦਰਜਨ ਹਿਸਾਬ ਨਾਲ ਵੇਚਣੇ ਜਾਂ ਕਿਆ ਕਿਸ ਤਰ੍ਹਾਂ ਦਰਜਨ 100 ਵੀ ਤਾਂ 50 ਵੀ ਮਾਸ਼ਾਲਾ ਜੀ ਕਿਆ ਬਾਤ ਹੈ ਬਾਕੀ ਜਿਹਨਾਂ ਬੰਦਿਆਂ ਅਸੀਂ ਕਿ ਗਾਈਡ ਕੀਤਾ ਉਹ ਆਉਣੇ ਕਿ ਲੰਗਰ ਖਾਈ ਜਾਓ ਲੰਗਰ ਨਾਲ ਇੱਥੇ ਇੰਤਜ਼ਾਮ ਹੈ ਆਵੇ ਹਰ ਦਿਨ ਬਾਕੀ ਜਿਹੜਾ ਇਤਵਾਰ ਕੀ ਤਾਂ ਜਮਰਾਤ ਕੀ ਜ਼ਿਆਦਾ ਰਸ਼ ਆ ਔਰ ਬਾਕੀ ਲੰਗਰ ਖਾਣੇ ਅਸੀਂ ਸਨੈਕ ਹੈ ਕੋਈ ਟੈਸਟ ਹੈ ਔਰ ਬੰਗਾਂ ਸ਼ੰਗਾਂ ਲੱਗੀਆਂ ਹੈ ਤੱਕੋ ਜੀ ਲੰਗਰ ਆਈ ਗਿਆ ਜੀ ਮਾਸ਼ਾਲਾ ਜੀ ਕਿਆ ਬਾਤ ਹੈ ਜੀ ਚਾਚਾ ਕਿਸੀ ਲੰਗਰ ਆਏ ਕਿਹੜਾ ਲੰਗਰ ਹੈ ਕਿਹੜਾ ਲੰਗਰ ਹੈ ਦਾਲ ਰੋਟੀ ਦਾਲ ਰੋਟੀ ਬਹੁਣੋ ਖਾ ਮਾਸ਼ਾਲਾ ਜੀ ਮਾਸ਼ਾਲਾ ਕਿਆ ਬਾਤ ਹੈ ਜੀ ਹੈ ਤੱਕੋ ਜੀ ਲੰਗਰ ਆਈ ਗਿਆ ਜੀ ਇਹ ਡੇਲੀ ਖਾਣੇ ਹੋ ਆਵਾਮ ਨੇ ਹਿਰਮ ਕਰਨੇ ਹੋ ਓਹ ਮਾਸ਼ਾਲਾ ਜੀ ਤਾਂ ਕੋਈ ਚਾਚਾ ਜੀ ਲੰਗਰ ਖਾਈ ਰਹੇ ਹੋ ਲੰਗਰ ਖਾਈ ਰਹੇ ਹੋ ਵਾਹ ਜੀ ਵਾਹ ਖਾਓ ਕਿਹੜੀ ਜਗ੍ਹਾ ਸੁਣੇ ਘਰ ਨਾ ਤੇ ਪਲੋਟ ਹਾਂ ਜੀ ਚਾਚਾ ਕੀ ਹਾਲ ਹੈ ਕਿਹੜੀ ਜਗ੍ਹਾ ਸੁਣੇ ਘਰ ਮਾਸ਼ਾਲਾ ਬਰਾਲੀ ਅੱਛਾ ਅੱਛਾ ਬਰਲੀ ਬੁਨ ਬਰਾਲੀ ਸ਼ਰੀਫ ਕੋਟਲੀ ਬੁਨ ਸਤੀਆਂ ਠੀਕ ਹੋ ਗਿਆ ਜੀ ਬਾਕੀ ਲੰਗਰ ਆਈ ਗਿਆ ਜੀ ਸਾਰਾ ਬਿਸਮਿਲਲਾ ਕਰਨੇ ਆ ਮਾਸ਼ਾਅੱਲਾ ਜੀ ਬਾਕੀ ਗਰਮ ਗਰਮ ਰੋਟੀ ਹੈ ਤੰਦੂਰਾਂ ਨੇ ਬਿਸਮਿਲਲਾ ਓ ਹੋ ਮਾਸ਼ਾਅੱਲਾ ਜੀ ਗਰਮ ਗਰਮ ਸਾਲਣ ਬਚਪਨ ਨੇ ਯਾਦ ਆਉਣਾ ਕਰਨੇ ਜੀ ਓ ਹੋ ਹਾਂ ਜੀ ਮਾਈ ਯੂਟਿਊਬ ਫੈਮਿਲੀ ਬਾਕੀ ਮੈਂ ਇੱਕ ਖਾਸ ਗੱਲ ਇੱਥੇ ਤੱਕੀ ਹੈ ਕਿ ਬੰਦੇ ਕੋਈ ਪੁੱਛਣੇ ਉੱਥੋਂ ਆਇਆ ਤਾਂ ਉਹਨਾਂ ਕੀ ਬਹੁਣ ਆਪਣੇ ਡੰਡਿਆਲ ਨਾਲ ਨਾਂ ਦਾ ਡੰਡਿਆਲ ਸੁਆਇਆ ਅਤੇ ਮੈਂ ਕਿ ਕਲਾਫਾ ਲਾਈ ਦਾ ਮਿਲੇ ਆਉਣੇ ਜੀ ਕਾਫੀ ਖੁਸ਼ ਹੋਈ ਜਾਣੇ ਬਲਕਿ ਆਉਣੇ ਡੰਡਿਆਲ ਸੁਆਇਆ ਜੀ ਬਾਕੀ ਕਿਆ ਹਿੰਮਤ ਖਾਤਰ ਕਰੀਏ ਕਾਫੀ ਇਹਨਾਂ ਬੰਦਿਆਂ ਜਿੱਥੇ ਰਹਿਣ ਵਾਲੇ ਹਲਾਕ ਕਾਫੀ ਪਸੰਦ ਆਇਆ ਕਾਫੀ ਅੱਛੇ ਇੱਥੇ ਇਨਸਾਨ ਬਾਕੀ ਖੂਬਸੂਰਤ ਇਲਾਕਾ ਹੈ ਖਰੋਟਾ ਮਾਸ਼ਾਅੱਲਾ ਨੈਚੁਰਲ ਬਿਊਟੀ ਹੈ ਸਭ ਕਿਆ ਬਾਤ ਹੈ ਜੀ ਬਾਕੀ ਸਭ ਮੈਂ ਗੱਲ ਜਿਹੜੀ ਬਈਆ ਖਾਸ ਗੱਲ ਤਾਂ ਇਹ ਹੈ ਕਿ ਬਹੁਤ ਨੇ ਕਿ ਡੰਡਿਆ ਸੁਣਿਆ ਤਾਂ ਮੈਂ ਕਿ ਕਲਾਵਾ ਲਾਈਵ ਮਿਸਣ ਸੁਣੀ ਜਾਣ ਨਹੀਂ ਛੁੜਨੇ ਆਸਨ ਸਾਰੇ ਕਾਰ ਜਿਲੋ ਰੋਟੀ ਛੁੱਟੀ ਖਾਈ ਲਓ ਕਿਆ ਫਿਲਮ ਕਰੀਏ ਇਹ ਇਹਨਾਂ ਨੇ ਖਾਸ ਗੱਲ ਹੈ ਬਾਕੀ ਵੀਡੀਓ ਕਰਦਾ ਐਂਡ ਦਰਬਾਰ ਸਾਹਿਬ ਹਾਜ਼ਰੀ ਕੀਤੀ ਹੈ ਅਤੇ ਮਾਸ਼ਾਅੱਲਾ ਫਸਟ ਟਾਈਮ ਵੀਡੀਓ ਕੀਤਾ ਸੀ ਅੱਜ ਦਿਲਾਂ ਦੀ ਖਵਾਹਿਸ਼ ਪੂਰੀ ਹੈਗੀ ਹੈ ਵਾਲਿਦ ਸਾਹਿਬ ਆਪਣਾ ਸਪੈਸ਼ਲ ਆਇਆ ਸੀ ਕਿ ਮਾਈ ਤੋਤੀ ਦਰਬਾਰ ਜੁੜਨੀ ਹੈ ਕਰੋਟਾ ਜਿਲ੍ਹਾ ਫਸਟ ਟਾਈਮ ਉਹ ਵੀ ਆਏ ਅਤੇ ਇਸ ਹਿਸਾਬ ਨਾਲ ਚਲੋ ਸਾਹਿਬ ਵੀ ਆਈ ਹੈ ਤਾਂ ਤੁਸੀਂ ਵੀ ਦੱਸੀ ਤਾਂ ਬਾਕੀ ਕਰਸਾਂ ਵੀਡੀਓ ਐਂਡ ਇਸ ਲਈ ਦੱਸੋ ਜ਼ਿਆਦਾ ਆਪਣੀ ਦੁਆਈ ਹੈਗੀ ਹੈ ਚਿਲਮ ਨੇ ਤਾਂ ਜ਼ਰੂਰ ਸਬਸਕ੍ਰਾਈਬ ਕਰ ਸੋ ਸਾਥ ਬਾਰੇ ਕਿ ਦੱਸੋ ਤਾਂ ਕਿ ਅਸਾਂ ਕਿ ਨਵੀਂ ਵੀਡੀਓ ਲੱਭਣੀ ਹੈ ਜ਼ਰੀ ਗੱਲ ਤੱਕ ਅਸਾਂ ਸਪੈਸ਼ਲ ਆਇਆ ਜਿਹੜੇ ਸਾਰੇ ਭੈਣ ਭਰਾ ਇੰਗਲੈਂਡ ਵਸਨੇ ਉਹਨਾਂ ਵਾਸਤੇ ਸਪੈਸ਼ਲ ਅਸਾਂ ਵੀਡੀਓ ਬਣਾਉਣੇ ਆਇਆ ਅਤੇ ਲਾਈਕ ਜ਼ਰੂਰ ਕਰੇ ਸ਼ੇਅਰ ਕਰੇ ਆਪਣੇ ਭੈਣ ਭਰਾਵਾਂ ਕੀ ਦੋਸਤਾਂ ਯਾਰਾਂ ਕੀ ਹੋਰ ਜਿਹੜੇ ਬੰਦੇ ਇੰਗਲੈਂਡ ਸ਼ੇਅਰ ਕਰਨੇ ਸੋ ਜ਼ਰੀ ਗੱਲ ਹੈ ਉਹ ਵੀ ਆਪਣਾ ਗਰਾਂ ਸ਼ਹਿਰ ਤੱਕ ਹੀ ਕਰੋ ਬਾਕੀ ਸਰ ਦਿਓ ਜਾਇਓ ਆਪਣੀ ਦੁਆਈ ਆਖੇ ਤਾਂ ਆਪਣਾ ਵੀ ਖੈਰ ਰੱਖੇ ਇੱਕ ਨਵੀਂ ਵੀਡੀਓ ਮਿਸਾਂ ਅੱਲਾ ਹਾਫਿਜ਼